पंजाब सरकार काउसेंस के नाम पर आम जनता से करोड़ों रुपए का टैक्स वसूल रही है। दूसरी तरफ आवारा घूम रहे पशु दुर्घटनाओं के साथ साथ किसानों के लिए भी सरदर्दी बने हुए हैं, जिसे दुखी होकर खन्ना इलाके के किसानों की तरफ से आवारा पशुओं को रोज समरू SDM खन्ना के आगे ट्रैक्टर ट्रालियों में भरकर लाया गया और प्रशासन को चेतावनी दी कि अगर इन आवारा पशुओं का कोई पक्का हल नहीं किया गया तो अगली बार वह इन पशुओं को चंडीगढ़ मुख्यमंत्री पंजाब के निवास पर छोड़ेंगे। किसानों का कहना था कि पंजाब सरकार काउसेंस के नाम पर आम जनता से करोड़ों रुपए का टैक्स वसूल रही है। दूसरी तरफ आवारा घूम रहे पशु दुर्घटना के साथ साथ किसानों के लिए भी सरदर्दी बने हुए हैं, जो आए दिन किसानों की फसल को बर्बाद कर रहे हैं। बार बार प्रशासन को बताने के बाद भी कोई हल नहीं निकाला गया, जिसे दुखी होकर उन्हें यह कदम उठाना पड़ा। आज तो हम तहसीलदार के आश्वासन के बाद जा रहे हैं, मगर प्रशासन को चेतावनी देते हैं कि अगर इसके बाद सड़कों और खेतों में आवारा पशु दिखाई दिए तो अगली बार वह इन पशुओं को ट्रैक्टर ट्रालियों में भरकर मुख्यमंत्री पंजाब के चंडीगढ़ निवास पर छोड़ेंगे। वहीं इस मौके तहसीलदार खन्ना चरण सिंह से जब बात की गई तो उनका कहना था कि कई गांवों को हमने गौशाला में भेज दिया है, अगर और हैं तो उन्हें भी जल्द पकड़ कर माचीवाड़ा गौशाला में छोड़ा जाएगा। पिंडां दे विच जिहड़े साडे पिंड दे विच बाहरले पिंडां चों आ के जां गौशालां दे छड्डे आवारा पशु लगभग 35-36 पशु सी, उहनां दे विचों अजे 6 पिंड रहिंदे ने। 30 असीं ट्रालियां दे विच लोड करके लै के आए हां SDM साहब दे। असीं अज तों लगभग 1.5 महीना पहला जदों असीं ट्रैक्टरां दी रैली कीती सी, उदों वी असीं मंग पत्र दे के गए सी वी इह आवारा पशुआं दा इंतजाम कीता जावे, क्योंकि साडियां फसलां दा उजाड़ा करदे ने। हुण वी दिन रात उजाड़ा करदे जी, असीं कुछ फड़ के ਘਰਾਂ ਦੇ ਇੱਕ ਸਾਡੇ ਜਗ੍ਹਾ ਬਣੀ ਹੈ ਡੇਰੇ ਦੀ, ਉਹਦੇ ਵਿੱਚ ਬੰਦ ਕੀਤੇ ਹੋਏ ਸੀ ਪਸ਼ੂ। ਉਹਨਾਂ ਨੂੰ ਪੱਠੇ ਪਾਉਣ ਦੀ ਤੂੜੀ ਲਗਭਗ 50-60 ਹਜ਼ਾਰ ਰੁਪਏ ਦੀ ਤੂੜੀ ਪਿੰਡ ਦੇ ਵਿੱਚੋਂ ਇਕੱਠੀ ਕਰਕੇ ਇਹਨਾਂ ਪਸ਼ੂਆਂ ਨੂੰ ਖਿਲਾਈ ਹੈ। ਹੁਣ ਜਦੋਂ ਸਾਰੇ ਪਿੰਡ ਦੇ ਵੀ ਹੱਥ ਖੜੇ ਹੋ ਗਏ, ਇੰਨੇ ਪਸ਼ੂ ਹੋਰ ਆਈ ਜਾਂਦੇ ਨੇ, ਅਸੀਂ ਅੱਜ ਇਕੱਠੇ ਕਰਕੇ SDM ਸਾਹਿਬ ਦੇ ਦਫ਼ਤਰ ਵੜਨ ਆਏ ਸੀ, ਪਰ ਸਾਨੂੰ ਤਹਿਸੀਲਦਾਰ ਸਾਹਿਬ ਨੇ, ਨਾਇਬ ਤਹਿਸੀਲਦਾਰ ਸਾਹਿਬ ਨੇ ਭਰੋਸਾ ਦਵਾਇਆ ਵੀ ਤੁਹਾਡਾ ਗੌਸ਼ਾਲਾ ਦੇ ਵਿੱਚ ਛੱਡ ਦਿੰਦੇ ਹਾਂ। ਇੱਕ ਮੈਂ ਤੁਹਾਡੇ ਰਾਹੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦਾ ਵੀ ਜੇਕਰ ਇਹ ਪਸ਼ੂ ਦੁਬਾਰਾ ਟੁੱਟੀਆਂ ਕਿਸੇ ਗਊਸ਼ਾਲਾ 'ਚ ਬਾਹਰ ਨਿਕਲ ਗਏ ਤਾਂ ਸਰਕਾਰ ਦੀ ਖੈਰ ਨਹੀਂ, ਹੁਣ ਅਸੀਂ ਚੰਡੀਗੜ੍ਹ ਜਾ ਕੇ ਤਾਂ ਨਾਸੀਂ ਧੂਆਂ ਲਿਆਉਣਾ ਸਰਕਾਰ ਦਾ। ਕੈਪਟਨ ਸਾਹਿਬ ਤੁਹਾਨੂੰ ਵੀ ਚੇਤਾਵਨੀ ਹੈ ਸਾਡੀ, ਤੁਸੀਂ ਬਹੁਤ ਕੀਸੀ ਕਰਾ ਦੀ ਕਿਸਾਨਾਂ ਦੀ, ਵਾਅਦੇ ਕਰ ਕਰਕੇ ਗੁੱਟ ਕੇ ਹੱਥ 'ਚ ਫੜ ਕੇ ਤੁਸੀਂ ਬਹੁਤ ਬੁਰਾ ਹਾਲ ਕੀਤਾ ਕਿਸਾਨੀ ਦਾ। ਤੁਸੀਂ ਗਾਹਾਂ ਵਾਲੀ ਦਾ ਆਪਣੀ ਚਿੰਤਾ ਭੁੱਲ ਜਾਓ ਵੀ ਤੁਹਾਨੂੰ ਸਰਕਾਰ ਜਾਂ ਟੁੱਟੀ ਬਣ ਜਾਊ, ਤੁਹਾਡਾ ਕੋਈ MP ਬਣ ਜਾਊ, ਨਹੀਂ ਬਣਨਾ। ਪਰ ਜੋ ਕਿਸਾਨੀ ਦੀ ਤੁਸੀਂ ਦੁਰਦਸ਼ਾ ਕੀਤੀ ਆ ਤੁਹਾਨੂੰ ਅਸੀਂ ਚੇਤਾਵਨੀ ਦਿੰਦੇ ਹਾਂ, ਤੁਹਾਡੇ ਨਾਸੀਂ ਧੂਆਂ ਜ਼ਰੂਰ ਲਿਆਵਾਂਗੇ। ਔਰ ਚੰਡੀਗੜ੍ਹ ਦੇ ਵਿੱਚ ਆਵਾਰਾ ਪਸ਼ੂ ਛੱਡਾਂਗੇ, ਨਾਲੇ SDM ਦਫ਼ਤਰ ਜਿੱਥੇ ਕੁਰਸੀ ਹੈ ਅਸੀਂ ਕੁਰਸੀ ਦੇ ਨਾਲ SDM ਸਾਹਿਬ ਜੀ ਦੇ ਨਾਲ ਆਵਾਰਾ ਪਸ਼ੂ ਬੰਨਾਂਗੇ। ਮੈਂ ਆਪਣੇ ਪਿੰਡ ਦੇ ਵਿੱਚ ਕਿਸਾਨਾਂ ਦੇ ਨਾਲ ਅੱਜ ਇੱਥੇ ਪਸ਼ੂ ਛੱਡਣ ਲਈ ਆਇਆ। ਸਾਡੇ ਪਿੰਡ ਵਿੱਚ ਪਿਛਲੇ ਕਾਫੀ ਸਮੇਂ ਤੋਂ ਲਗਭਗ 1 ਮਹੀਨੇ ਤੋਂ ਆਵਾਰਾ ਪਸ਼ੂਆਂ ਨੂੰ ਫੜ ਕੇ ਇੱਕ ਡੇਰੇ ਦੇ ਵਿੱਚ ਇਕੱਠਾ ਕੀਤਾ ਗਿਆ ਸੀ। ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ਤੋਂ ਬਾਵਜੂਦ ਵੀ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਨਹੀਂ ਕੀਤੇ, ਸੋ ਇਸ ਕਰਕੇ ਅੱਜ ਅਸੀਂ ਟਰਾਲੀਆਂ ਦੇ ਵਿੱਚ ਪਸ਼ੂਆਂ ਨੂੰ ਲੈ ਕੇ ਇੱਥੇ ਆਏ ਹਾਂ। ਇਹਨਾਂ ਪਸ਼ੂਆਂ ਨਾਲ ਜਿੱਥੇ ਕਿਸਾਨਾਂ ਦਾ ਉਜਾੜਾ ਹੋ ਰਿਹਾ, ਉੱਥੇ ਬਹੁਤ ਸਾਰੇ ਸੜਕ ਹਾਦਸੇ ਹੋ ਰਹੇ ਨੇ, ਆਵਾਰਾ ਪਸ਼ੂ ਦਿਨ ਰਾਤ ਸੜਕਾਂ 'ਤੇ ਘੁੰਮਦੇ ਨੇ। ਇਹਨਾਂ ਦਾ ਵਿਚਾਰੇ ਬੇਜ਼ਬਾਨਾਂ ਦਾ ਕੋਈ ਵਾਲੀ ਵਾਰਸ ਨਹੀਂ। ਇਹਨਾਂ ਦੇ ਨਾਮ 'ਤੇ ਗਊਸ਼ਾਲਾ ਖੋਲ੍ਹ ਕੇ ਬਹੁਤ ਸਾਰੇ ਮਾਇਆ ਇਕੱਤਰ ਕੀਤੀ ਜਾ ਰਹੀ ਆ, ਫੰਡ ਇਕੱਠੇ ਕੀਤੇ ਜਾ ਰਹੇ ਨੇ, ਪਰ ਕਾਊਸੈਸ ਵੀ ਜਿਹੜਾ ਸਰਕਾਰ ਲੈ ਰਹੀ ਆ ਸਾਡੇ ਤੋਂ, ਉਹਦੇ ਅਧੀਨ ਵੀ ਕੋਈ ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਬਣਦਾ। ਇਹ ਆਵਾਰਾ ਪਸ਼ੂ ਜਿਹੜੇ ਸੜਕਾਂ 'ਤੇ ਘੁੰਮ ਰਹੇ ਨੇ, ਇਹ ਜਿੱਥੇ ਲੋਕਾਂ ਦੀ ਜਾਨ ਮਾਲ ਨੂੰ ਖਤਰਾ ਹੈ, ਕਿਸਾਨਾਂ ਲਈ ਉਜਾੜਾ ਹੈ। ਸੋ ਅਸੀਂ ਅੱਜ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦੇਣ ਲਈ ਆਏ ਸੀ ਵੀ ਜਾਂ ਤਾਂ ਇਹਨਾਂ ਪਸ਼ੂਆਂ ਨੂੰ ਸਾਂਭੋ, ਅਦਰਵਾਈਜ਼ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਰਲ ਕੇ ਪੰਜਾਬ ਭਰ 'ਚੋਂ ਸਾਡੇ ਜ਼ਿਮੀਂਦਾਰ ਭਰਾ ਜੋ ਆਵਾਰਾ ਪਸ਼ੂਆਂ ਨੂੰ ਇਕੱਠਾ ਕਰਕੇ ਅਸੀਂ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਛੱਡਾਂਗੇ। ਇਸ ਦੇ ਲਈ ਜੇਕਰ ਕੋਈ ਪ੍ਰਸ਼ਾਸਨ ਨੇ ਢੁੱਕਵੇਂ ਕਦਮ ਨਾ ਚੁੱਕੇ ਤਾਂ ਪ੍ਰਸ਼ਾਸਨ ਇਹਦਾ ਖੁਦ ਜ਼ਿੰਮੇਵਾਰ ਆ। ਉਹਨਾਂ ਦੀਆਂ ਗਊਆਂ ਨੂੰ ਗਊਸ਼ਾਲਾ ਵਿੱਚ ਭੇਜਿਆ ਗਿਆ, ਉੱਥੇ ਉਹਨਾਂ ਨੂੰ ਅਸੀਂ ਗਊਸ਼ਾਲਾ 'ਚ ਰੱਖਾਂਗੇ। ਜਿਸ ਤਰ੍ਹਾਂ ਹੋਊਗਾ, ਮਾਛੀਵਾੜਾ ਵੱਡੀ ਗਊਸ਼ਾਲਾ ਖੁੱਲ੍ਹੀ ਹੋਈ ਉੱਥੇ ਭੇਜਾਂਗੇ, ਤਾਂ ਸਰਕਾਰ ਪ੍ਰਸ਼ਾਸਨ ਵੱਲੋਂ ਜੋ ਗਊਸ਼ਾਲਾ ਬਣੀ ਹੋਈ ਹੈ ਉਹਦੇ ਜ਼ਰੂਰ ਭੇਜਾਂਗੇ। ਖੰਨਾ ਸੇ ਪੰਜਾਬੀ ਸਰਗਰਮੀਓ ਕੇ ਲੀਏ ਬਹਾਦੁਰ ਸਿੰਘ ਟਵਾਣਾ ਕੀ।